लिख रहे हैं ना भी हनीप्रीत नू रूहानियत दा वारस डिकलेयर किया होया ते ऐलान किया ते जा जा के यूथ वरांगनावां डेरे दे विच भी प्रचार करन लग गए ना ते ब्लाकां दे विच जा जा के भी प्रचार किया जा रहा है कि हनीप्रीत नू रूहानियत दा वारस पिता जी ने कोशिश किया होया ਉਹ ਸਾਨੂੰ ਪਿਤਾ ਜੀ ਦੀ ਵੀਡੀਓ ਦਿਖਾਉਣ ਜਿੱਥੇ ਪਿਤਾ ਜੀ ਨੇ ਇਹ ਵਚਨ ਕੀਤੇ ਨਾ ਵੀ ਸਾਡੇ ਤੋਂ ਬਾਅਦ ਹਨੀਪ੍ਰੀਤ ਸਾਰਾ ਕੁਝ ਹੋਊਗੀ ਉਹ ਵਚਨਾਂ ਦੀ ਸਾਨੂੰ ਵੀਡੀਓ ਦਿਖਾਉਣ ਫਿਰ ਅਸੀਂ ਮੰਨਾਂਗੇ ਕਿ ਹਾਂ ਵਚਨ ਕੀਤੇ ਹੋਏ ਹੈ ਸਿਆਣਿਆਂ ਦੀ ਕਹਾਵਤ ਹੈ ਝੂਠ ਤੇ ਸੱਚ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ ਤਾਂ ਕਿਸੇ ਨੇ ਉੱਤਰ ਦਿੱਤਾ ਸੀ ਜਿੰਨਾ ਕੰਨ ਤੇ ਅੱਖਾਂ ਦੇ ਵਿੱਚ ਕੰਨਾਂ ਦੀ ਸੁਣੀ ਹੋਈ ਹਰ ਗੱਲ ਝੂਠ ਹੋ ਸਕਦੀ ਹੈ ਅੱਖਾਂ ਨਾਲ ਦੇਖੀ ਹੋਈ ਹਰ ਗੱਲ ਸੱਚੀ ਹੁੰਦੀ ਹੈ ਸਾਨੂੰ ਪਹਿਲਾਂ ਉਹ ਬਚਨ ਦਿਖਾਉਣ ਤੇ ਸ਼ਾਇਦ ਉਹਨਾਂ ਨੂੰ ਰੂਹਾਨੀਅਤ ਦਾ ਇਹ ਅਸੂਲ ਨਹੀਂ ਪਤਾ ਕਿ ਜਦੋਂ ਇਨਸਾਨ ਗੁਰੂ ਦੇ ਬਰਾਬਰ ਆਪਣੀ ਹਸਤੀ ਕਾਇਮ ਕਰਨ ਲੱਗਦਾ ਨਾ ਤਾਂ ਉਹ ਬਿਲਕੁਲ ਅਰਸ਼ ਤੋਂ ਡਿੱਗ ਕੇ ਫਰਸ਼ ਤੇ ਜਾ ਪੈਂਦਾ ਐਸਾ ਮੁੱਦੇ ਮੂੰਹ ਡਿੱਗਦਾ ਫਿਰ ਖੁਦ ਖੁਦਾ ਕੇ ਵੀ ਉਹਨੂੰ ਚੁੱਕਦਾ ਨਹੀਂ ਹੈ ਕਿਉਂਕਿ ਉਹ ਇੱਕ ਸੰਤ ਦਾ ਸੁੱਟਿਆ ਹੁੰਦਾ ਜੀਰੋ ਚਾਹੇ ਫਿਰ ਅੱਠ ਦਸ ਹੀ ਜਿੰਨੀਆਂ ਮਰਜ਼ੀ ਲੱਗ ਜਾਣ ਤਾਂ ਫਿਰ ਜੀਰੋ ਤਾਂ ਜੀਰੋ ਹੀ ਰਹਿੰਦੀ ਹੈ ਉਹਦਾ ਕੋਈ ਮੁੱਲ ਨਹੀਂ ਹੁੰਦੀ ਮੁੱਲ ਨਹੀਂ ਹੁੰਦਾ ਉਹਦਾ ਕੋਈ ਜਦ ਤੱਕ ਸਤਿਗੁਰ ਰੂਪੀ ਏਕ ਆ ਉਹਦੇ ਅੱਗੇ ਨਹੀਂ ਲੱਗਦਾ ਇਹੀ ਹਾਲ ਆ ਜਹਾਨੀਪ੍ਰੀਤ ਦਾ ਪਹਿਲਾਂ ਗੁਰੂ ਪਿਤਾ ਜੀ ਨੂੰ ਜੇਲ੍ਹ ਭੇਜਿਆ ਪੰਚਕੂਲੇ ਨਿਹੱਥੀ ਸੰਗਤ ਤੇ ਗੋਲੀਆਂ ਚਲਵਾਈਆਂ ਸੰਗਤ ਤੇ ਅਤਿਆਚਾਰ ਕਰਵਾਇਆ ਹਜ਼ਾਰਾਂ ਦੀ ਸੰਗਤ ਉੱਤੇ ਮੁਕੱਦਮੇ ਪਏ ਤੇ ਹੁਣ ਖੁਦ ਆਪਣੀ ਹਸਤੀ ਗੁਰੂ ਦੇ ਬਰਾਬਰ ਬਣਾਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਗੁਰੂ ਪਿਤਾ ਜੀ ਦੇ ਇਹ ਵਚਨ ਹੈ ਕਿ ਆਪਣੇ ਗੁਰੂ ਨੂੰ ਹੀ ਗੁਰੂ ਸਮਝੋਗੇ ਤਾਂ ਹੀ ਖੁਸ਼ੀਆਂ ਪਰ ਅਗਰ ਭੁੱਲ ਕੇ ਵੀ ਵਚਨ ਸੀ ਇਹ ਪਿਤਾ ਜੀ ਦੇ ਕਿ ਅਗਰ ਭੁੱਲ ਕੇ ਵੀ ਕਿਸੇ ਇਨਸਾਨ ਨੂੰ ਗੁਰੂ ਸਮਝ ਲਿਆ ਤਾਂ ਫਿਰ ਇਨਸਾਨ ਵੀ ਨਹੀਂ ਰਹਿ ਜਾਓਗੇ ਤੇ ਗੁਰੂ ਸਿਰਫ ਇੱਕ ਹੀ ਹੁੰਦਾ ਵਾਰ ਵਾਰ ਪਿਤਾ ਜੀ ਇਹ ਵਚਨ ਕਰਦੇ ਰਹੇ ਕਿ ਵਚਨ ਸਿਰਫ ਗੁਰੂ ਦੇ ਹੁੰਦੇ ਆ ਤੇ ਗੁਰੂ ਸਿਰਫ ਇੱਕ ਹੀ ਹੁੰਦਾ ਤੇ ਫਿਰ ਜਿਹੜੇ ਅੱਜ ਇਹ ਜਿਹੜੇ ਕਹਿ ਰਹੇ ਆ ਕਿ ਹੁਣ ਡੇਰਾ ਹਨੀਪ੍ਰੀਤ ਹੀ ਚਲਾਊਗੀ ਕੀ ਗੱਲ ਡੇਰਾ ਹੁਣ ਹਨੀਪ੍ਰੀਤ ਦਾ ਮਥਾਜ ਹੋ ਗਿਆ ਪਰਮ ਪਿਤਾ ਜੀ ਨੇ ਇਹ ਵਚਨ ਕੀਤੇ ਕਿ ਤੁਹਾਨੂੰ ਗੁਰੂ ਬਦਲਣ ਦੀ ਲੋੜ ਨਹੀਂ ਪਊਗੀ 50-60 ਸਾਲ ਅਸੀਂ ਇਹਨਾਂ ਤੋਂ ਸੇਵਾ ਲਵਾਂਗੇ ਤੇ ਕੀ ਗੱਲ ਅੱਜ ਸਾਡੇ ਗੁਰੂ ਪਿਤਾ ਜੀ ਡੇਰੇ ਦੀ ਸੇਵਾ ਕਰਨ ਦੇ ਕਾਬਲ ਨਹੀਂ ਰਹੇ ਕੀ ਉਹ ਡੇਰੇ ਨੂੰ ਚਲਾਉਣ ਦੇ ਕਾਬਲ ਨਹੀਂ ਇੱਕ ਪਾਸੇ ਡਾਕਟਰ ਨੈਣ 45 ਮੈਂਬਰਾਂ ਦੀ ਮੀਟਿੰਗ ਦੇ ਵਿੱਚ ਕਹਿੰਦਾ ਕਿ ਜਿਹੜੀ ਪੈਰੋਲ ਲੈ ਕੇ ਆਈ ਸੀ ਹਨੀਪ੍ਰੀਤ ਹੀ ਲੈ ਕੇ ਆਈ ਹੈ ਤੇ ਹੁਣ ਅਪ੍ਰੈਲ ਦੇ ਵਿੱਚ ਫਿਰ ਮਤਲਬ ਪੈਰੋਲ ਲੈ ਕੇ ਆਊਗੀ ਤੇ ਕੀ ਗੱਲ ਬਾਕੀ ਜਿਹੜੀ ਮੈਨੇਜਮੈਂਟ ਕਮੇਟੀ ਉਹ ਮਰੀ ਹੋਈ ਹੈ ਹਨੀਪ੍ਰੀਤ ਦੇ ਕੋਲ ਇੰਨੀ ਪਾਵਰ ਆਈ ਤਾਂ ਆਈ ਕਿੱਥੋਂ ਕਿ ਉਹੀ ਸਾਰਾ ਕੁਛ ਕਰ ਰਹੀ ਹੈ ਹੱਦ ਹੋ ਗਈ ਸਰਕਾਰਾਂ ਨੂੰ ਉਹ ਇੰਨਾ ਬੁੱਧੂ ਬਣਾ ਰਹੀ ਹੈ ਕਿ ਉਹ ਜਾਲੀ ਪੈਰੋਲ ਲੈ ਆਈ ਗੁਰੂ ਪਿਤਾ ਜੀ ਅੰਦਰ ਬੈਠੇ ਤੇ ਉਹ ਜਾਲੀ ਸਾਰਾ ਕੁਛ ਕਰ ਰਹੀ ਜਾਲੀ ਉਹ ਸਿਕਿਉਰਿਟੀ ਵੀ ਲਵਾ ਲੈਂਦੀ ਹੈ ਜੈਡ ਪਲੱਸ ਸਿਕਿਉਰਿਟੀ ਵੀ ਲਗਵਾ ਲੈਂਦੀ ਹੈ ਪਹਿਲਾਂ ਜਾਲੀ ਚਿੱਠੀਆਂ ਅੰਦਰੋਂ ਆਉਂਦੀਆਂ ਰਹੀਆਂ ਇਹ ਡੁਪਲੀਕੇਟ ਕੰਮ ਕਿੰਨਾ ਚਿਰ ਚੱਲਣਗੇ ਪਿਆਰੀ ਸਾਹਿਬ ਸੰਗਤ ਜੀ ਹੁਣ ਜਿਹੜੀਆਂ ਯੂਥ ਵਰਾਂਗਨਾਵਾਂ ਆਈ ਟੀ ਵਿੰਗ 45 ਮੈਂਬਰ ਘਰ ਘਰ ਜਾ ਕੇ ਸੰਗਤ ਦੇ ਵਿੱਚ ਹਨੀਪ੍ਰੀਤ ਦਾ ਇੰਨਾ ਪ੍ਰਚਾਰ ਕਰ ਰਹੀਆਂ ਸੰਗਤ ਦੇ ਫੋਨ ਫੜ ਫੜ ਕੇ ਹਨੀਪ੍ਰੀਤ ਦੇ ਚੈਨਲਾਂ ਨੂੰ ਫੋਲੋ ਤੇ ਸਬਸਕ੍ਰਾਈਬ ਕਰਵਾਇਆ ਜਾ ਰਿਹਾ ਇਹ ਕਹਿ ਕੇ ਕਿ ਪਿਤਾ ਜੀ ਜਦੋਂ ਹੁਣ ਪੈਰੋਲ ਤੇ ਆਏ ਸੀ ਉਹਨਾਂ ਨੇ ਆਨਲਾਈਨ ਚੈੱਕ ਕੀਤਾ ਕਿ ਹਨੀਪ੍ਰੀਤ ਦੇ ਤਾਂ ਫੋਲੋਅਰਸ ਬਹੁਤ ਘੱਟ ਹੈ ਪਿਤਾ ਜੀ ਨੇ ਫਿਰ ਖਿਆਲ ਕੀਤਾ ਫਿਰ ਪਿਤਾ ਜੀ ਨੇ ਹੁਕਮ ਦਿੱਤਾ ਕਿ ਜਾਓ ਤੁਸੀਂ ਮਤਲਬ ਸੰਗਤ ਦੇ ਵਿੱਚ ਘਰ ਘਰ ਜਾ ਕੇ ਹਨੀਪ੍ਰੀਤ ਦੇ ਫੋਲੋਅਰਸ ਵਧਾਓ ਕਮਾਲ ਹੈ ਤੁਸੀਂ ਘਰ ਘਰ ਜੋ ਇੰਨੀਆਂ ਤੁਰੀਆਂ ਸਰਦੇ ਕਹਿੰਦੇ ਤੁਸੀਂ ਇੱਕ ਵੀਡੀਓ ਜਾਰੀ ਕਰਵਾ ਦਿੰਦੇ ਪਿਤਾ ਜੀ ਤੋਂ ਪਿਤਾ ਜੀ ਵੀਡੀਓ ਜਾਰੀ ਕਰਕੇ ਕਹਿ ਦਿੰਦੇ ਵੀ ਭਾਈ ਹਨੀਪ੍ਰੀਤ ਦੇ ਫੋਲੋਅਰਸ ਘੱਟ ਆ ਤੇ ਸਾਰੀ ਸੰਗਤ ਇਹਨੂੰ ਫੋਲੋ ਕਰੇ ਤਾਂ ਅਸੀਂ ਵੀ ਮੰਨ ਜਾਂਦੇ ਜਿਹੜਾ ਚੋਰੀ ਸਫੇਰੀ ਤੁਸੀਂ ਐਡਾ ਮਤਲਬ ਕਿ ਸੰਗਤ ਨੂੰ ਗੁਮਰਾਹ ਕਰ ਰਹੀਆਂ ਤਾਂ ਇਹਨਾਂ ਪਾਪਾਂ ਦੇ ਭਾਗੀਦਾਰ ਬਣ ਰਹੀਆਂ ਤੁਸੀਂ ਤੇ ਸੰਗਤ ਨੂੰ ਵੀ ਬਣਾ ਰਹੀਆਂ ਤੇ ਇਹਨਾਂ ਪਾਪਾਂ ਦਾ ਭੁਗਤਾਨ ਭੁਗਤੋਂਗੀਆਂ ਕਦੋਂ ਮੈਨੂੰ ਐ ਲੱਗਦਾ ਵੀ ਉਹਨਾਂ ਨੇ ਗੁਰੂ ਪਿਤਾ ਜੀ ਨੂੰ ਛੱਡ ਕੇ ਹਨੀਪ੍ਰੀਤ ਨੂੰ ਆਪਦਾ ਗੁਰੂ ਮੰਨ ਲਿਆ ਮਤਲਬ ਹੁਣ ਫਿਰ ਪਿਤਾ ਜੀ ਦੇ ਉਹ ਵਚਨ ਪੂਰੇ ਹੋਣਗੇ ਕਿ ਅਗਰ ਭੁੱਲ ਕੇ ਵੀ ਇਨਸਾਨ ਨੂੰ ਗੁਰੂ ਮੰਨ ਲਿਆ ਨਾ ਤਾਂ ਪਸ਼ੂ ਵੀ ਮਤਲਬ ਇਨਸਾਨ ਨਹੀਂ ਰਹਿ ਜਾਓਗੇ ਮਤਲਬ ਪਸ਼ੂ ਬਣ ਜਾਓਗੇ ਤੇ ਇਹ ਤਾਂ ਜਾਣ ਬੁੱਝ ਕੇ ਹਨੀਪ੍ਰੀਤ ਨੂੰ ਗੁਰੂ ਮੰਨ ਰਹੀਆਂ ਤੇ ਸੰਗਤ ਨੂੰ ਮਜਬੂਰ ਕਰ ਰਹੀਆਂ ਵੀ ਤੁਸੀਂ ਵੀ ਗੁਰੂ ਮੰਨੋ ਉਹਨੂੰ ਤੇ ਜਿਹੜੀ ਸੰਗਤ ਅੱਜ ਉਹਨਾਂ ਦੇ ਮਗਰ ਅੱਖਾਂ ਬੰਦ ਕਰਕੇ ਲੱਗ ਰਹੀ ਹੈ ਤੇ ਫਿਰ ਉਹਨਾਂ ਨੂੰ ਵੀ ਪਸ਼ੂ ਬਣਾ ਰਹੀਆਂ
ਪਿਆਰੀ ਸਾਧ ਸੰਗਤ ਜੀ, ਇਹ ਜਿਹੜੀ ਇਹਨਾਂ ਜਿਹੜੀਆਂ ਇਹ ਔਰਤਾਂ ਘਰ ਘਰ ਜਾ ਰਹੀਆਂ ਨਾ, ਇਹ ਵੀ ਸਿਰੇ ਦੀਆਂ ਬੇਸ਼ਰਮਾਂ, ਤੇ ਇਹਨਾਂ ਦੀ ਜਿਹੜੀ ਮੁਖੀ ਹੈ ਚਰਨੋ ਮਾਸੀ ਹੈ ਉਹ ਵੀ ਸਿਰੇ ਦੀ ਬੇਸ਼ਰਮ ਹੈ, ਤੇ ਜਿਹੜੀ ਸਭ ਤੋਂ ਉੱਤੇ ਬੈਠੀ ਹੈ ਤੇ ਉਹ ਤਾਂ ਬੇਸ਼ਰਮ ਹੈ ਹੀ ਹੈ, ਜਿਹੜੀ ਗੁਰੂ ਦੇ ਬਰਾਬਰ ਆਪਣਾ ਦਰਜਾ ਬਣਾਉਣਾ ਚਾਹੁੰਦੀ ਹੈ। ਸੰਗਤ ਨੂੰ ਵੀ ਗੁਲਾਮੀ ਕਰਨ ਲਈ ਮਜਬੂਰ ਕਰ ਰਹੀ ਹੈ ਤੇ ਖੁਦ ਤੋਂ ਗੁਲਾਮੀ ਕਰਦੀ ਕਰਦੀ ਹੈ। ਗੁਰਚਰਨ ਹਮੇਸ਼ਾ ਹੀ ਰਕੇਸ਼ ਦੀ ਤੇ ਹਨੀਪ੍ਰੀਤ ਦੀ ਗੁਲਾਮੀ ਕਰਦੀ ਰਹੀ ਹੈ ਤੇ ਤੀਜਾ ਜਗਜੀਤ ਦੀ, ਤੇ ਹੁਣ ਸੰਗਤ ਨੂੰ ਵੀ ਮਜਬੂਰ ਕਰ ਰਹੀ ਹੈ ਵੀ ਤੁਸੀਂ ਵੀ ਗੁਲਾਮੀ ਕਰੋ। ਇਸੇ ਕਰਕੇ ਹੀ ਹਨੀਪ੍ਰੀਤ ਦਾ ਯੂਥ ਵਰਾਂਗਨਾ ਵਾ ਘਰ ਘਰ ਜਾ ਕੇ ਪ੍ਰਚਾਰ ਕਰ ਰਹੀਆਂ। ਕਮਾਲ ਦੀ ਗੱਲ ਹੈ ਪਿਆਰੀ ਸਾਧ ਸੰਗਤ ਜੀ, ਇਹ ਕੁਝ ਨਹੀਂ ਹੈ, ਸਿਰਫ ਤੇ ਸਿਰਫ ਸੰਗਤ ਦੀ ਜਿਹੜੀ ਨਬਜ਼ ਹੈ ਉਹ ਟੋਈ ਜਾ ਰਹੀ ਹੈ। ਇਹ ਦੇਖਿਆ ਜਾ ਰਿਹਾ, ਚੈੱਕ ਕੀਤਾ ਜਾ ਰਿਹਾ ਕਿ ਕਿੰਨੀ ਕੁ ਸੰਗਤ ਹੈ ਜਿਹੜੀ ਹਨੀਪ੍ਰੀਤ ਦਾ ਵਿਰੋਧ ਕਰ ਰਹੀ ਹੈ ਤੇ ਕਿੰਨੀ ਕੁ ਸੰਗਤ ਹਨੀਪ੍ਰੀਤ ਦੇ ਹੱਕ ਚ ਖੜੀ ਹੋ ਰਹੀ ਹੈ। ਜਿਹੜੀ ਚੁੱਪ ਚਾਪ ਸਬਸਕ੍ਰਾਈਬ ਕਰ ਰਹੀ ਹੈ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਹਨੀਪ੍ਰੀਤ ਦੇ ਹੱਕ ਚ ਖੜੀ ਹੈ। ਜਿਹੜੀ ਜਦੋਂ ਹਨੀਪ੍ਰੀਤ ਦਾ ਸਬਸਕ੍ਰਾਈਬ ਕਰਨ ਲੱਗਦੇ ਹੈ ਚੈਨਲ ਤਾਂ ਖੋਹ ਲੈਂਦੀ ਹੈ ਆਪਦੇ ਹੱਥ ਚੋਂ, ਤਾਂ ਫਿਰ ਉੱਥੇ ਉਹਨੂੰ ਲੱਗਦਾ ਵੀ ਇਹ ਬੰਦਾ ਹਨੀਪ੍ਰੀਤ ਦੇ ਵਿਰੋਧ ਚ ਹੈ। ਕੁਝ ਨਹੀਂ ਹੈ, ਇੱਕ ਤਰ੍ਹਾਂ ਦਾ ਸੰਗਤ ਦਾ ਸਰਵੇ ਹੋ ਰਿਹਾ ਵੀ ਕਿੰਨੀ ਕੁ ਸੰਗਤ ਹੈ ਜਿਹੜੀ ਹਨੀਪ੍ਰੀਤ ਦੇ ਹੱਕ ਦੇ ਵਿੱਚ ਖੜ ਰਹੀ ਤੇ ਕਿੰਨੀ ਕੁ ਵਿਰੋਧ ਦੇ ਵਿੱਚ ਖੜ ਰਹੀ ਹੈ। ਬਹੁਤ ਜਲਦੀ ਉਹਨੇ ਆਸਕ ਮੀ ਕੁਐਸਚਨ ਦੇ ਵਿੱਚ ਇੰਸਟਾਗ੍ਰਾਮ ਤੇ ਲਿਖਿਆ ਸੀ, ਕਿਸੇ ਨੇ ਪੁੱਛਿਆ ਸੀ ਵੀ ਇਹ ਤੂੰ ਦੀਦੀ ਕਿ ਤੂੰ ਕਦੋਂ ਲਾਈਵ ਕਦੋਂ ਲੱਗੇਗੀ, ਤਾਂ ਉਹਨੇ ਉੱਤਰ ਲਿਖਿਆ ਸੀ ਸੂਨ, ਮਤਲਬ ਜਲਦੀ। ਉਹਨੇ ਜਲਦੀ, ਉਹਨੂੰ ਕਾਹਲੀ ਲੱਗੀ ਹੋਈ ਹੈ ਵੀ ਮੈਂ ਜਲਦੀ ਜਿਹੜੀ ਹੈਗੀ ਹੈ ਗੱਦੀ ਤੇ ਬੈਠਾ ਤੇ ਜਲਦੀ ਜਿਹੜੀ ਲਾਈਵ ਹੋਣ ਲੱਗਾ, ਇਸੇ ਕਰਕੇ ਜਿਹੜੇ ਉਹਦੇ ਇੰਨੇ ਫੋਲੋਅਰਸ ਵਧਾਏ ਜਾ ਰਹੇ ਆ ਤਾਂ ਕਿ ਉਹਦਾ ਕੋਈ ਟਵੀਟ ਆਏ ਜਾਂ ਕੋਈ ਪੋਸਟ ਪਾਵੇ ਤਾਂ ਫਟਾਫਟ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਸ਼ੇਅਰ ਹੋਣ, ਲਾਈਕਸ ਹੋਣ। ਪਿਆਰੀ ਸਾਧ ਸੰਗਤ ਜੀ, ਸਾਡੀ ਟੀਮ ਲਗਾਤਾਰ ਤੋਂ ਤੁਹਾਨੂੰ ਸੁਚੇਤ ਕਰਦੀ ਆ ਰਹੀ ਹੈ। ਠੀਕ ਹੈ, ਕੁਝ ਲੋਕ ਹੁਣ ਵੀ ਲਿਖ ਰਹੇ ਸੀ ਤੁਸੀਂ ਗਲਤ ਲਿਖ ਰਹੇ ਹੋ, ਤੁਸੀਂ ਬਦਨਾਮ ਕਰ ਰਹੇ ਹੋ, ਸਾਡੇ ਕੋਲੇ ਪੂਰੇ ਸਬੂਤ ਹੈ। ਜਿਹੜੇ ਕਹਿ ਰਹੇ ਆ ਨਾ ਕਿ ਤੁਹਾਡੇ ਕੋਲੇ ਤੁਸੀਂ ਕਿਵੇਂ ਬਦਨਾਮ ਕਰ ਸਕਦੇ, ਤੁਹਾਡੇ ਕੋਲੇ ਕੋਈ ਸਬੂਤ ਨਹੀਂ। ਬਿਨਾਂ ਸਬੂਤਾਂ ਤੋਂ, ਬਿਨਾਂ ਸਬੂਤਾਂ ਤੋਂ ਅਸੀਂ ਇੱਕ ਵੀ ਗੱਲ ਨਹੀਂ ਬੋਲਦੇ, ਹਰ ਇੱਕ ਗੱਲ ਦੇ ਸਾਡੇ ਕੋਲੇ ਸਬੂਤ ਹੈ। ਹਨੀਪ੍ਰੀਤ ਦੇ ਖਿਲਾਫ ਵੀ ਸਾਡੇ ਕੋਲ ਬਹੁਤ ਸਾਰੇ ਸਬੂਤ ਹੈ। ਕਿਸੇ ਨੇ ਸਾਡੇ ਤੇ ਨਹੀਂ ਯਕੀਨ ਕਰਨਾ ਤਾਂ ਨਾ ਕਰੋ, ਪਰ ਘੱਟੋ ਘੱਟ ਘੱਟ ਪਿਤਾ ਜੀ ਦੇ ਵਚਨਾਂ ਤੇ ਤਾਂ ਯਕੀਨ ਕਰ ਲੋ। ਜਦੋਂ ਪਿਤਾ ਜੀ ਨੇ MSG 1 ਫਿਲਮ ਵਾਸਤੇ ਕਹਿਤਾ ਕਿ ਸਾਡੀ ਜ਼ਿੰਦਗੀ ਦੀ ਸੱਚੀ ਕਹਾਣੀ ਹੈ, ਤੇ ਫਿਰ ਉਸ ਫਿਲਮ ਦਾ ਹੋਰ ਛੱਡੋ, ਆਖਰੀ ਸੀਨ ਹੀ ਦੇਖ ਲੋ। ਆਖਰੀ ਸੀਨ ਦੇ ਵਿੱਚ ਜੋ ਪਿਤਾ ਜੀ ਨੇ ਡਾਇਲੋਗ ਬੋਲਿਆ ਉਹਨੂੰ ਹੀ ਧਿਆਨ ਨਾਲ ਸੁਣ ਲੋ। ਕਲੀਅਰ ਕੱਟ ਵਚਨ ਪਿਤਾ ਜੀ ਉੱਥੇ ਕਰ ਰਹੇ ਹੈ, ਕੀ ਕਹਿ ਰਹੇ ਆ ਜਿਹੜੇ ਕਹਿ ਰਹੇ ਆ ਨਾ, ਮਤਲਬ ਉਹ ਵੀ ਸੁਣ ਲੈ ਲਾਈਵ ਦੇ ਵਿੱਚ, ਜਿਹੜਾ ਹਨੀਪ੍ਰੀਤ ਦੇ ਜ਼ਿਆਦਾ ਮਤਲਬ ਕਿ ਨਜ਼ਦੀਕੀ ਵਾਲੇ ਕਮੈਂਟ ਕਰ ਰਹੇ ਸੀ। ਪਿਤਾ ਜੀ ਨੇ ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਆ ਪਿਤਾ ਜੀ ਕਿ ਪਿਆਰੀ ਸਾਧ ਸੰਗਤ ਜੀਓ, ਜੇ ਹੈ ਹਮਾਰੀ ਬੇਟੀ ਮੁਸਕਾਨ ਇਨਸਾਨ, ਸੜਕ ਕੇ ਕਿਨਾਰੇ ਮਿਲੀ ਸੀ ਹਮੇ ਬੁਰੀ ਹਾਲਤ ਮੇ, ਬੜੀ ਜਿੱਦੀ ਹੈ, ਛੋਟੀ ਛੇਟੀ ਜਿੱਦ ਕਰਤੀ ਰਹਿਤੀ ਹੈ, ਪਰ ਆਜ ਇਸਕੀ ਜਿੱਦ ਬਹੁਤ ਬੜੀ ਹੈ, ਪਰ ਕਿਆ ਕਰੇ ਹਮ ਬਾਪ ਜੋ ਠਹਿਰੇ, ਆਪਣੀ ਲਾਡਲੀ ਕੀ ਜੇ ਜਿੱਦ ਬਾਪ ਪੂਰੀ ਨਹੀਂ ਕਰੇਗਾ ਤੋ ਕੌਣ ਕਰੇਗਾ, ਇਸ ਲਈ ਹਮ ਆਪ ਕੀ ਆਖਰੀ ਖਵਾਹਿਸ਼ ਜ਼ਰੂਰ ਪੂਰੀ ਕਰੇਂਗੇ। ਉਸ ਲੜਕੀ ਕੋ ਕਹਿ ਰਹੇ ਹੈ ਪਿਤਾ ਜੀ, ਆਓ ਬੇਟਾ ਹਮ ਤਿਆਰ ਹੈ। ਔਰ ਫਿਰ ਮੁਸਕਾਨ ਕਿਆ ਕਹਿਤੀ ਹੈ, ਵੋ ਲੜਕੀ ਕਿਆ ਕਹਿਤੀ ਹੈ, I am sorry ਪਿਤਾ ਜੀ, ਮੈਂ ਇਸ ਕਾਬਲ ਨਹੀਂ ਹੂੰ, ਮੈਂ ਤੋ ਆਪਕੀ ਬਿਗੜੀ ਹੋਈ ਔਲਾਦ ਹੂੰ, ਜੋ ਆਪਕੋ ਹੀ ਮਾਰਨੇ ਚਲੀ ਥੀ। ਫਿਰ ਪਿਤਾ ਜੀ ਕਹਿਤੇ ਹੈ, ਹਮ ਤਿਆਰ ਹੈ, ਪਰ ਆਪਕਾ ਜੇ ਬਾਪ ਆਜ ਤੱਕ ਕਿਸੀ ਸੇ ਨਹੀਂ ਹਾਰਾ, ਅਗਰ ਆਪ ਹੀ ਹਮੇ ਹਰਾਨਾ ਚਾਹਤੀ ਹੈ ਤੋ ਹਮ ਤਿਆਰ ਹੈ, ਆਪ ਸੇ ਹਾਰ ਕੇ ਵੀ ਹਮਾਰੀ ਜੀਤ ਹੈ, ਕਿਉਂਕਿ ਬੇਟੀ ਕੀ ਜੀਤ ਵੀ ਬਾਪ ਕੀ ਜੀਤ ਹੋਤੀ ਹੈ ਬੇਟਾ। ਫਿਰ ਮੁਸਕਾਨ ਕਹਿਤੀ ਹੈ, ਵੋ ਲੜਕੀ, ਬਸ ਪਿਤਾ ਜੀ ਬਸ, ਮੈਂ ਆਪਕੀ ਬੇਟੀ ਕਹਿਲਾਨੇ ਕੇ ਲਾਇਕ ਨਹੀਂ ਹੂੰ। ਫਿਰ ਉਹ ਆਪਣੀ ਜੈਕਟ ਖੋਲ ਕਰ ਬੰਬ ਦਿਖਾਤੀ ਔਰ ਕਹਿਤੀ ਹੈ, I am terrorist, ਆਤੰਕਵਾਦੀ ਹੂੰ ਮੈਂ, ਮੁਝੇ ਆਪਕੋ ਮਾਰਨੇ ਕੇ ਲੀਏ ਭੇਜਾ ਗਿਆ ਥਾ, ਪਿਤਾ ਜੀ ਮੈਂ ਭੁੱਲ ਗਈ ਥੀ, ਮੁਝੇ ਮਾਫ ਕਰ ਦੋ। ਫਿਰ ਜੇ ਡਾਇਲੋਗ ਉਹ ਦੱਸਣ ਜਿਹੜੇ ਕਹਿੰਦੇ ਸੀ ਨਾ ਵੀ ਤੁਸੀਂ ਕਿਵੇਂ ਆਤੰਕਵਾਦੀ ਇਹਨੂੰ ਕਹਿ ਦਿਓਗੇ, ਫਿਰ ਜਾਂ ਤਾਂ ਤੁਸੀਂ ਇੱਕ ਪਾਸੇ ਇਹ ਮੰਨ ਲਓ ਕਿ ਪਿਤਾ ਜੀ ਸਟੇਜ ਤੇ ਬੈਠ ਕੇ ਝੂਠ ਬੋਲਦੇ ਸੀ, ਇਹ ਫਿਲਮ 200% ਸੱਚੀ ਨਹੀਂ, ਤੇ ਜੇ 200% ਸੱਚੀ ਫਿਲਮ ਹੈ ਜੋ ਪਿਤਾ ਜੀ ਨੂੰ ਪਿਤਾ ਜੀ ਮੰਨਦੇ ਆ ਕਿ ਪਿਤਾ ਜੀ ਕਦੇ ਝੂਠ ਨਹੀਂ ਬੋਲ ਸਕਦੇ, ਪਿਤਾ ਜੀ ਸਟੇਜ ਤੇ ਬੈਠ ਕੇ ਸੱਚ ਬੋਲ ਰਹੇ ਸੀ, ਤਾਂ ਫਿਰ ਦੱਸੋ ਇਹ ਡਾਇਲੋਗ ਜਿਹੜੇ ਬੋਲੇ ਗਏ ਹੈ ਉਹ ਲੜਕੀ ਕੌਣ ਹੈ ਜੋ ਪਿਤਾ ਜੀ ਨੂੰ ਮਾਰਨਾ ਚਾਹੁੰਦੀ ਹੈ, ਉਹਦਾ ਨਾਮ ਤਾਂ ਦੱਸੋ, ਕੌਣ ਆ ਉਹ ਲੜਕੀ ਜੋ ਲਾਡਲੀ ਹੈ। ਪਿਤਾ ਜੀ ਇਸ਼ਾਰਾ ਕਰ ਰਹੇ ਹੈ ਜੇ ਮਾਰੀ ਬਹੁਤ ਹੀ ਲਾਡਲੀ ਹੈ, ਕੌਣ ਹੈ ਜੋ ਪਿਤਾ ਜੀ ਦੇ ਅੱਗੇ ਛੋਟੀ ਛੋਟੀ ਜਿੱਦ ਕਰਦੀ ਸੀ ਤੇ ਅੱਜ ਉਹਦੀ ਵੱਡੀ ਜਿੱਦ ਹੈ।
ਕਿਸੇ ਦੀ ਹਿੰਮਤ ਸੀ ਪਿਤਾਈ ਦੇ ਸਾਹਮਣੇ ਜਿੱਦ ਕਰਨ ਦੀ ਕਿਸੇ ਲੜਕੀ ਦੀ, ਨਾ ਕਿਸੇ ਸਤ ਬ੍ਰਹਮਚਾਰੀ ਲੜਕੀ ਦੀ ਇਹ ਹਿੰਮਤ ਸੀ, ਤੇ ਨਾ ਹੀ ਪਿਤਾਈ ਦੀਆਂ ਆਪਣੀਆਂ ਬੇਟੀਆਂ ਦੀ ਹਿੰਮਤ ਸੀ ਕਿ ਪਿਤਾਈ ਦੇ ਸਾਹਮਣੇ ਜਿੱਦ ਕਰ ਲੈਣ। ਪਰ ਜੋ ਪਿਤਾਈ ਦੇ ਨਾਲ ਰਹਿੰਦੇ ਸੀ ਉਹ ਸਾਰੇ ਦੱਸ ਰਹੇ ਆ ਕਿ ਹਰ ਛੋਟੀ ਵੱਡੀ ਜਿੱਦ, ਛੋਟੀ ਕੀ ਵੱਡੀਆਂ ਵੱਡੀਆਂ ਜਿੱਦਾਂ ਵੀ ਜਿਹੜੀ ਕਰਦੀ ਸੀ ਉਹ ਹਨੀਪ੍ਰੀਤ ਕਰਦੀ ਸੀ ਪਿਤਾਈ ਦੇ ਸਾਹਮਣੇ। ਜਿੱਦ ਕਰਕੇ ਪਿਤਾਈ ਤੋਂ ਹਰ ਚੀਜ਼ ਮੰਗਵਾਉਂਦੀ ਸੀ, ਹੋਰ ਕਿਸੇ ਦੀ ਹਿੰਮਤ ਨਹੀਂ ਸੀ। ਏਦੂ ਕਲੀਅਰ ਕੱਟ ਪਿਤਾ ਜੀ, ਹੋਰ ਤੁਹਾਨੂੰ ਕੀ ਦੱਸਣ। ਸਮਝ ਤੋਂ ਬਾਹਰ ਹੈ ਸਾਡਾ ਕਹਿਣਾ, ਨਾ ਸਾਨੂੰ ਨਾ ਸੁਣੋ, ਉੱਥੇ ਫੇਸਬੁੱਕ ਚ ਵਰਡਿਕਟ ਨੂੰ ਬਲੌਕ ਕਰ ਦਿਓ, ਰਿਪੋਰਟ ਕਰ ਦਿਓ, ਇਹਨਾਂ ਨੂੰ ਸੁਣਨਾ ਨਹੀਂ ਹੈ। ਸਾਰਿਆਂ ਨੇ ਜ਼ੋਰ ਲਾ ਕੇ ਦੇਖ ਲਿਆ, ਪਰ ਗੁਰੂ ਪਿਤਾ ਜੀ ਦੀ ਰਹਿਮਤ ਹੈ ਅੱਜ ਵੀ ਸੁਣਨ ਵਾਲੇ ਤੁਸੀਂ ਦੇਖ ਹੀ ਰਹੇ ਆ ਵੀ ਕਿੰਨੇ ਸੁਣ ਰਹੇ ਆ। ਨਾਮ ਸਿਮਰਨ ਕਰਵਾ ਕਰਵਾ ਕੇ ਵੀ ਗੁਰਪ੍ਰੀਤ ਸਿੱਧੂ ਵਰਗਿਆਂ ਨੇ ਇਹ ਕਹਿਤਾ ਵੀ ਨਹੀਂ ਸੁਣਨਾ ਫੇਸਬੁੱਕ ਚ ਵਰਡਿਕਟ ਨੂੰ। ਕਿਉਂ ਨੀ ਸੁਣਨਾ? ਕਿਉਂਕਿ ਸੱਚ ਦੱਸ ਰਹੇ ਆ। ਜੇ ਅਸੀਂ ਸੱਚੇ ਹੈ ਤਾਂ ਫੇਰ ਅਸੀਂ ਤਾਂ ਹੀ ਬੋਲ ਰਹੇ ਹਾਂ ਨਾ, ਤੇ ਜੇ ਤੁਸੀਂ ਸੱਚੇ ਹੈ ਤਾਂ ਫਿਰ ਤੁਸੀਂ ਰੌਲਾ ਨਾ ਪਾਓ, ਤੁਸੀਂ ਬਲੌਕ ਨਾ ਕਰਵਾਓ, ਰਿਪੋਰਟ ਨਾ ਕਰਵਾਓ। ਤੁਸੀਂ ਸੁਣੋ, ਸੁਣ ਦਿਓ ਸੰਗਤ ਨੂੰ। ਝੂਠ ਸੱਚ ਦਾ ਫੈਸਲਾ ਸੰਗਤ ਆਪਣੇ ਆਪ ਕਰ ਲੂਗੀ। ਜੇ ਅਸੀਂ ਝੂਠੇ ਹੋਵਾਂਗੇ, ਜੇ ਫੇਸਬੁੱਕ ਵਰਡਿਕਟ ਦੀ ਟੀਮ ਝੂਠੀ ਹੋਵੇਗੀ ਤਾਂ ਸੰਗਤ ਆਪਣੇ ਆਪ ਹੀ ਪਹਿਚਾਣ ਕਰ ਲੂਗੀ। ਤੇ ਤੁਹਾਨੂੰ ਇਹ ਕੀ ਲੋੜ ਪੈ ਰਹੀ ਹੈ ਸਾਰੀਆਂ ਯੂਥ ਪ੍ਰਾਂਗਣਾਵਾਂ ਤੇ ਸਾਰੀਆਂ 45 ਮੈਂਬਰ ਭੈਣਾਂ ਲਾ ਰੱਖੀਆਂ ਵੀ ਹਨੀਪ੍ਰੀਤ ਤੇ ਉਹਨੂੰ ਤਾਂ ਸਬਸਕ੍ਰਾਈਬ ਤੇ ਫੋਲੋ ਕਰਵਾ, ਫੋਨ ਫੜ ਫੜ ਕੇ ਤੇ ਤੁਸੀਂ ਬਲੌਗ ਤੇ ਰਿਪੋਰਟ ਕਰਵਾ ਰਹੀ ਹੈ ਫੇਸਬੁੱਕ ਵਰਡਿਕਟ ਨੂੰ। ਜਿੰਨੀਆਂ ਮਰਜ਼ੀ ਚੋਰੀ ਕਰ ਲਓ, ਜਿੰਨੀਆਂ ਮਰਜ਼ੀ ਤੁਸੀਂ ਮਤਲਬ ਕਿ ਕਰ ਲਓ ਇਹ ਜੋ ਪਿਤਾ ਜੀ ਦੇ ਵਚਨ ਹੈ ਨਾ, ਚਾਲਾਂ ਚੱਲ ਲਓ, ਜਿੰਨੀਆਂ ਵੀ ਚਾਲਾਂ ਚੱਲੀਆਂ ਜਾਣਗੀਆਂ ਸਾਰੀਆਂ ਉਲਟੀਆਂ ਦੀਆਂ ਉਲਟੀਆਂ ਤਾਂ ਪੈਣੀਆਂ ਹੀ ਪੈਣੀਆਂ, ਤੇ ਫਿਰ ਕੋਈ ਮੂੰਹ ਨਹੀਂ ਲਾਊਗਾ। ਗੁਰੂ ਪਿਤਾ ਜੀ ਦੇ ਵਚਨਾਂ ਨੂੰ ਯਾਦ ਕਰ ਲਓ। ਪਿਆਰੀ ਸਾਹ ਸੰਗਤ ਜੀ, ਅਸੀਂ ਡਾਂਕੇ ਦੀ ਚੋਟ ਤੇ ਕਹਿੰਦੀ ਸਾਡੀ ਟੀਮ ਕਿ MSG1 ਦੀ ਮੁਸਕਾਨ ਫਿਲਮੀ ਜਿਹੜੀ MSG1 ਫਿਲਮ ਦੀ ਮੁਸਕਾਨ ਹੈ ਉਹੀ ਹਨੀਪ੍ਰੀਤ ਹੈ। ਸ਼ਰੇਆਮ ਕਹਿੰਦੇ ਹਾਂ ਅਸੀਂ, ਕੋਈ ਅਸੀਂ ਇਹ ਨਹੀਂ ਆ ਵੀ ਅਸੀਂ ਲੁਕ ਛੁਪ ਕੇ ਕਹਿ ਰਹੇ ਹਾਂ। ਇਹਨਾਂ ਨੂੰ ਵਾਂਗੂ ਨਹੀਂ ਅਸੀਂ ਚੋਰੀ ਚੋਰੀ ਜਾ ਕੇ ਸੰਗਤ ਦੇ ਕੰਨਾਂ ਦੇ ਵਿੱਚ ਕੋਈ ਗੱਲ ਕਹਿੰਦੇ ਹਾਂ। ਅਸੀਂ ਸ਼ਰੇਆਮ ਬੋਲਦੇ ਹਾਂ ਕਿ ਮੁਸਕਾਨ ਹੀ ਹਨੀਪ੍ਰੀਤ ਹੈ, ਇਹੀ ਉਹ ਵਿਗੜੀ ਹੋਈ ਔਲਾਦ ਹੈ ਜਿਹੜੀ ਲਾਸਟ ਦੇ ਵਿੱਚ ਕਹਿੰਦੀ ਹੈ ਕਿ ਮੈਂ ਆਪਕੀ ਬੇਟੀ ਕਹਿਲਾਣੇ ਕੇ ਲਾਇਕ ਨਹੀਂ ਹੂੰ। ਇਹ ਸੱਚਮੁੱਚ ਹੀ ਸਾਡੇ ਗੁਰੂ ਪਿਤਾ ਜੀ ਦੀ ਬੇਟੀ ਕਹਿਲਾਣੇ ਦੇ ਲਾਇਕ ਨਹੀਂ ਹੈ। ਜੇ ਵਿਗੜੀ ਹੋਈ ਔਲਾਦ ਹੈ ਜੀ, ਖੁਦ ਮੰਨੀ ਹੈ ਇਹ ਲਾਸਟ ਦੇ ਵਿੱਚ, ਐਵੇਂ ਨੀ ਪਿਤਾ ਜੀ ਨੇ ਇਹ ਮਤਲਬ ਕਿ ਡਾਇਲੋਗ ਬੋਲਵਾਏ। ਪਿਤਾ ਜੀ ਨੇ ਖੁਦ ਇਹਦੇ ਮੂੰਹ ਸਭ ਕੁਝ ਕਹਾਇਆ, ਤੇ ਇੱਕ ਦਿਨ ਆਊਗਾ ਇਹ ਪੂਰੀ ਦੁਨੀਆਂ ਦੇ ਸਾਹਮਣੇ ਮੰਨੂਗੀ ਕਿ ਇਹਨੂੰ ਕਿਹਨੇ ਫਿੱਟ ਕੀਤਾ ਹੋਇਆ, ਉਹ ਕੌਣ ਹੈ ਜਿਹਦੇ ਇਸ਼ਾਰੇ ਤੇ ਇਹ ਚੱਲਦੀ ਹੈ, ਕਿਹਨੇ ਇਹਨੂੰ ਪਿਤਾ ਜੀ ਨੂੰ ਮਾਰਨ ਵਾਸਤੇ ਭੇਜਿਆ, ਜਾਂ ਕਿਹਦੇ ਕਹਿਣੇ ਤੇ ਇਹ ਜਿਹੜੀ ਆਤੰਕਵਾਦੀ ਬਣੀ ਹੋਈ ਹੈ, ਉਹ ਕੌਣ ਆ ਰਾਜਨੀਤਿਕ ਲੀਡਰ ਤੇ ਉਹ ਕੌਣ ਆ ਨਸ਼ੇ ਮਾਫੀਏ ਦੇ ਸੌਦਾਗਰ ਜਿਹਨਾਂ ਨੇ ਇਹਨਾਂ ਨੂੰ ਇੱਥੇ ਭੇਜਿਆ ਹੋਇਆ ਸਿਰਫ ਡੇਰੇ ਤੇ ਡੇਰੇ ਨੂੰ ਬਰਬਾਦ ਕਰਨ ਵਾਸਤੇ। ਪਿਆਰੀ ਸਾਧ ਸੰਗਤ ਜੀ, ਕਦੇ ਤੁਸੀਂ ਸੋਚਿਆ ਕਿ 8-8 ਕਰੋੜ ਦੀਆਂ ਗੱਡੀਆਂ ਦੀ ਇਹ ਟੈਸਟਿੰਗ ਲੈਂਦੀ ਹੈ, 200-200 ਕਰੋੜ ਰੁਪਇਆ ਵੱਡੇ ਵੱਡੇ ਮਾਲਾਂ ਚ ਲਾਉਂਦੀ ਹੈ, ਇਹ ਕਿੱਥੋਂ ਆ ਰਿਹਾ ਇਹਦੇ ਕੋਲ ਇੰਨਾ ਪੈਸਾ? ਕਦੇ ਤਾਂ ਦਿਮਾਗ ਨਾਲ ਸੋਚਿਆ ਕਰੋ ਕਿ ਇਹ ਸਤ ਬ੍ਰਹਮਚਾਰੀ ਤੇ ਗੁਣ ਬ੍ਰਹਮਚਾਰੀਆਂ ਦੇ ਕੰਮ ਹੈ। ਇਹ ਪੈਸਾ ਗੁਰ ਬ੍ਰਹਮਚਾਰੀ ਤੇ ਅਸਲੀ ਸਤ ਬ੍ਰਹਮਚਾਰੀ ਉਹ ਹੁੰਦਾ ਹੈ ਜਿਹੜਾ ਇਨਸਾਨੀਅਤ ਦੇ ਰਾਹ ਤੇ ਚੱਲੇ, ਆਪਦੇ ਗੁਰੂ ਪਿਤਾ ਜੀ ਦੇ ਵਚਨਾਂ ਤੇ ਚੱਲਦਾ ਹੋਇਆ ਇਨਸਾਨੀਅਤ ਦਾ ਭਲਾ ਕਰੇ। ਇਹ ਤਾਂ ਸੰਗਤ ਨੂੰ ਲੁੱਟ ਲੁੱਟ ਕੇ ਖਾ ਰਹੀ ਹੈ। ਜਿਹੜੇ ਚੁਟਾਲੇ ਸ਼ਰੇਆਮ ਗੁਰੂ ਪਿਤਾ ਜੀ ਵਾਸਤੇ ਤਾਂ ਇਹ ਕਹਿੰਦੇ ਸੀ ਆਪਦੀਆਂ ਰੈਲੀਆਂ ਦੇ ਵਿੱਚ ਕਿ ਅਸੀਂ ਹੱਥ ਕੜੀਆਂ ਲਵਾ ਦਿਆਂਗੇ, ਸੱਚੇ ਸੌਦੇ ਦੇ ਮੁਖੀ ਨੂੰ ਹੱਥ ਕੜੀਆਂ ਲਵਾ ਦਿਆਂਗੇ ਤੇ ਡੇਰੇ ਨੂੰ ਗਊਸ਼ਾਲਾ ਬਣਾ ਦਿਆਂਗੇ। ਉਹੀ ਚੁਟਾਲੇ 27 ਅਕਤੂਬਰ 2019 ਨੂੰ ਜਦੋਂ ਡੈਪਟੀ CM ਬਣਦੇ ਹੈ ਤਾਂ ਫਿਰ 4-5 ਦਿਨਾਂ ਦੇ ਬਾਅਦ ਹੀ ਹਨੀਪ੍ਰੀਤ ਤੇ ਉਹਦੇ ਸਾਰੇ ਗਰੋਹ ਦੇ ਦੇਸ਼ ਧਰੋਹ ਦੇ ਜਿਹੜੀ ਧਾਰਾ ਲੱਗੀ ਸੀ ਉਹ ਤੋੜ ਦਿੰਦੇ ਹੈ ਤੇ 6 ਨਵੰਬਰ ਨੂੰ ਜੇਲ੍ਹ ਤੋਂ ਬਾਹਰ ਕੱਢ ਦਿੰਦੇ ਹੈ। ਕਮਾਲ ਨਹੀਂ ਹੈ ਇਹ? ਅਜੇ ਵੀ ਸਾਧ ਸੰਗਤ ਦੀਆਂ ਜਿਹੜੀਆਂ ਗੱਲਾਂ ਸਮਝੀ ਲੱਗਦੀਆਂ ਸਾਧ ਸੰਗਤ ਨੂੰ ਕਿ ਜਾਂ ਫਿਰ ਸਾਧ ਸੰਗਤ ਨੇ ਜਿਹੜਾ ਕੈਮੀਕਲ ਵਾਲਾ ਪ੍ਰਸ਼ਾਦ ਜਾਂ ਕਿਸੇ ਤਾਂਤਰਿਕ ਤੋਂ ਲਿਆ ਕੇ ਜੋ ਸਾਧ ਸੰਗਤ ਨੂੰ ਪ੍ਰਸ਼ਾਦ ਖਵਾਇਆ ਹੋਇਆ ਉਹਨੇ ਮੱਤ ਮਾਰ ਰੱਖੀ ਹੈ। ਪਿਆਰੀ ਸਾਧ ਸੰਗਤ ਜੀ, ਕੋਈ ਮੰਨੇ ਜਾਂ ਨਾ ਮੰਨੇ, ਇਹ ਸੱਚ ਹੈ, ਬਹੁਤ ਕੌੜਾ ਸੱਚ ਹੈ ਇਹ ਕਿ ਚੁਟਾਲਾ ਫੈਮਿਲੀ ਜਗਮਾਲ ਵਾਲੀ ਤਰਜ ਤੇ ਹੀ ਹਨੀਪ੍ਰੀਤ ਨੂੰ ਡੇਰੇ ਦਾ ਮੁਖੀਆ ਬਣਾਉਣਾ ਚਾਹੁੰਦੀ ਹੈ ਤਾਂ ਕਿ ਸਾਰੀ ਪ੍ਰਾਪਰਟੀ ਸਾਰੀ ਸੰਗਤ ਉਹਨਾਂ ਦੇ ਕਬਜ਼ੇ ਚ ਹੋ ਜਾਏ। ਇਸੇ ਲਈ ਸਾਰਾ ਡਰਾਮਾ
ਹੋ ਰਿਹਾ ਹੈ ਜਿਹੜਾ ਡਰਾਮਾ ਪਹਿਲਾਂ ਗੁਰੂ ਪਿਤਾ ਜੀ ਤੇ ਕੇਸ ਪਵਾਏ ਗਏ ਫਿਰ ਗੁਰੂ ਪਿਤਾ ਜੀ ਨੂੰ ਜੇਲ੍ਹ ਭੇਜਿਆ ਗਿਆ ਦੋਸ਼ੀ ਬਣਾ ਕੇ ਉਸ ਤੋਂ ਬਾਅਦ ਵਿਪਾਸਨਾ ਜੋ ਪਿਤਾ ਜੀ ਨੇ ਚੇਅਰ ਪਰਸਨ ਰੱਖੀ ਸੀ ਜਦੋਂ ਹੀ ਹਨੀਪ੍ਰੀਤ ਬਾਹਰ ਆ ਗਈ ਤਾਂ ਵਿਪਾਸਨਾ ਨੂੰ ਬਾਹਰ ਕੀਤਾ ਗਿਆ ਡੇਰੇ ਚੋਂ ਉਸ ਤੋਂ ਬਾਅਦ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਕੀ ਹੋ ਰਿਹਾ ਕਿ ਕਿਵੇਂ ਸ਼ਾਹੀ ਪਰਿਵਾਰ ਨੂੰ ਸਰਸੇ ਤੋਂ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਨਵੀਂ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੇ ਪੁਰਾਣੇ ਸੀ ਆਪਣੇ ਆਪ ਨੂੰ ਕਹਾਉਂਦੇ ਸੀਗੇ ਮੋਹਨ ਲਾਲ ਵਰਗੇ ਤੇ ਦਵਾਨੇ ਵਰਗੇ ਸਾਰੇ ਆਊਟ ਕਰ ਦਿੱਤੇ ਗਏ ਹੈ ਸਾਰਾ ਕੁਝ ਵੈਲ ਪਲੈਂਡ ਚੱਲ ਰਿਹਾ ਪਿਆਰੀ ਸਾਧ ਸੰਗਤ ਜੀ ਬਲਾਕਾਂ ਦੇ ਵਿੱਚ 29 ਅਪ੍ਰੈਲ ਵਾਸਤੇ ਨਵੇਂ ਜੀਵ ਤਿਆਰ ਹੋ ਰਹੇ ਹੈ ਵੀ ਨਾਂ ਵਾਲੇ ਨਵੇਂ ਜੀਵ ਕਿਹਾ ਇਹੀ ਜਾ ਰਿਹਾ ਨਾ ਕਿ ਪਿਤਾ ਜੀ ਆਉਣਗੇ ਤੇ ਨਾਮ ਦੇਣਗੇ ਕਮਾਲ ਦੀ ਗੱਲ ਹੈ ਜਦੋਂ ਪਿਤਾ ਜੀ ਦਾ ਤੁਸੀਂ ਅਜੇ ਤੱਕ ਹਾਈ ਕੋਰਟ ਦੇ ਵਿੱਚ ਤਾਂ ਕੋਈ ਕੇਸ ਚਾਲੂ ਨਹੀਂ ਕਰਵਾਇਆ 5 ਸਾਲ ਹੋਣ ਵਾਲੇ ਹੋ ਗਏ ਸਾਧਵੀ ਵਾਲੇ ਕੇਸ ਨੂੰ ਹਜੇ ਹਾਈ ਕੋਰਟ ਦੇ ਵਿੱਚ ਕੇਸ ਨਹੀਂ ਖੁੱਲਿਆ ਜਿਸ ਚਟਾਲੇ ਨੇ ਹਨੀਪ੍ਰੀਤ ਨੂੰ 1 ਹਫ਼ਤੇ ਦੇ ਅੰਦਰ ਅੰਦਰ ਦੇਸ਼ ਧਰੋਹ ਦੀ ਧਾਰਾ ਤੋੜ ਕੇ ਬਾਹਰ ਕਰਤਾ ਕੀ ਉਹ ਚਟਾਲਾ ਫਿਰ ਪਿਤਾ ਜੀ ਦਾ ਹਾਈ ਕੋਰਟ ਚ ਕੇਸ ਨਹੀਂ ਚਲਵਾ ਸਕਦਾ ਸੀ ਜਵਾਬ ਦੇਵੇ ਨਾ ਇਹ ਤੁਹਾਡਾ ਜਿਹੜਾ ਹੁਣ ਕਾਬਜ ਹੋਇਆ ਬੈਠਾ ਹਨੀਪ੍ਰੀਤ ਖੁਦ ਵਾਸਤੇ ਅੰਦਰ ਬੈਠੀ ਐਡਾ ਵੱਡਾ ਕੰਮ ਕਰ ਗਈ ਤੇ ਹੁਣ ਉਹ ਬਾਹਰ ਆ ਕੇ ਪਿਤਾ ਜੀ ਵਾਸਤੇ ਇੱਕ ਮਤਲਬ ਕਿ ਇੰਨਾ ਨੀ ਕਰ ਸਕੀ ਵੀ ਇੱਕ ਦਿਨ ਵਾਸਤੇ ਸਬਸੇ ਲੈ ਕੇ ਆਵੇ ਗੁਰੂ ਪਿਤਾ ਜੀ ਨੂੰ ਤੇ ਸਾਰੀ ਸਾਧ ਸੰਗਤ ਨੂੰ ਦਰਸ਼ਨ ਕਰਵਾਵੇ ਪਿਆਰੀ ਸਾਧ ਸੰਗਤ ਜੀ ਇਸ ਤੋਂ ਵੀ ਉੱਪਰ ਜਿਹੜੇ ਖਤਰਨਾਕ ਇੱਕ ਹੋਰ ਚੀਜ਼ ਜਿਹੜੇ ਸਾਧ ਸੰਗਤ ਤੋਂ 20 ਰੁਪਏ ਤੇ 50 ਰੁਪਏ ਦੇ ਅਸਟਾਮ ਲਵਾ ਕੇ 2 ਖਾਲੀ ਐਫੀਡੈਵਿਟ ਲੈ ਜਾ ਰਿਹਾ ਔਰ ਨਾਲ ਆਧਾਰ ਕਾਰਡ ਦੀਆਂ 2-2 ਕਾਪੀਆਂ ਲਈਆਂ ਜਾ ਰਹੀਆਂ ਬਠਿੰਡਾ ਦੇ ਵਿੱਚ ਵੀ ਹੋ ਰਿਹਾ ਅੱਜ ਫੇਰ ਮੇਰੇ ਕੋਲ ਫੋਨ ਆਇਆ ਬਠਿੰਡਾ ਤੋਂ ਲੈ ਕਿਹਨਾਂ ਤੋਂ ਜਾ ਰਿਹਾ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹ ਤਾਂ ਇਹਨਾਂ ਦੇ ਕਾਬੂ ਨਹੀਂ ਆ ਰਹੇ ਕੰਟਰੋਲ ਨਹੀਂ ਆ ਰਹੇ ਜਿਹੜੀਆਂ ਸਾਡੀਆਂ ਇੱਥੇ ਬਠਿੰਡਾ ਦੇ ਵਿੱਚ ਗਰੀਬ ਬਸਤੀਆਂ ਜਿੱਥੇ ਭੋਲੀ ਭਾਲੀ ਸੰਗਤ ਰਹਿ ਰਹੀ ਹੈ ਉਹਨਾਂ ਨੂੰ ਜਾ ਜਾ ਕੇ ਉਹਨਾਂ ਤੋਂ ਖਾਲੀ 20 ਰੁਪਏ ਤੇ 50 ਰੁਪਏ ਦੇ ਸਟਾਮ ਲਗਵਾ ਕੇ ਖਾਲੀ ਜਿਹੜੇ ਹੈਗੇ ਸਾਈਨ ਕਰਵਾ ਕੇ ਸਾਈਨ ਕਰਵਾਏ ਜਾ ਰਹੇ ਆ ਤੇ ਨਾਲ 2-2 ਉਹਨਾਂ ਦੀਆਂ ਆਧਾਰ ਕਾਰਡ ਦੀਆਂ ਕਾਪੀਆਂ ਲਈਆਂ ਫੋਟੋ ਸਟੇਟ ਕਾਪੀਆਂ ਲਈਆਂ ਜਾ ਰਹੀਆਂ ਇਹ ਗੈਰ ਕਾਨੂੰਨੀ ਕੰਮ ਸ਼ਰੇਆਮ 15 ਮੈਂਬਰ 25 ਮੈਂਬਰ 45 ਮੈਂਬਰ ਭੈਣਾਂ ਤੇ ਬਾਈ ਤੇ ਭੰਗੀ ਦਾਸ ਕਰ ਰਹੇ ਆ ਅਸੀਂ ਆਨਲਾਈਨ ਹੋ ਕੇ ਫੇਸਬੁੱਕ ਤੇ ਲਾਈਵ ਹੋ ਕੇ ਚੈਲੰਜ ਕਰਦੇ ਆ ਨਾ ਸਾਰੇ ਜ਼ਿੰਮੇਵਾਰਾਂ ਨੂੰ ਅਗਰ ਸਾਧ ਸੰਗਤ ਨਾਲ ਕੋਈ ਵੀ ਧੋਖਾ ਹੋ ਗਿਆ ਜਿਵੇਂ ਪੰਚਕੂਲਾ ਦੇ ਵਿੱਚ ਸਾਧ ਸੰਗਤ ਨਾਲ ਧੋਖਾ ਹੋਇਆ ਸੀ ਇਸ ਤੋਂ ਬਾਅਦ ਸਾਧ ਸੰਗਤ ਨਾਲ ਕੋਈ ਫਰੋਡ ਹੋ ਗਿਆ ਕੋਈ ਧੋਖਾ ਹੋ ਗਿਆ ਸਾਰੇ ਬਲਾਕਾਂ ਦੇ ਸਾਰੇ ਭੰਗੀ ਦਾ ਭੈਣਾਂ ਤੇ ਬਾਈ 15 ਮੈਂਬਰ 25 ਮੈਂਬਰ ਤੇ 45 ਮੈਂਬਰ ਦੇ ਖਿਲਾਫ਼ ਸਾਡੀ ਜਿਹੜੀ ਟੀਮ ਹੈ ਸਾਰੀ ਦੀ ਸਾਰੀ ਟੀਮ ਠੋਕ ਕੇ ਗਵਾਹੀ ਦੇਊਗੀ ਵੀ ਇਹਨਾਂ ਨੇ ਸੰਗਤ ਤੋਂ ਜਿਹੜੇ ਹੈਗੇ ਇਹ ਐਫੀਡੈਵਿਟ ਖਾਲੀ ਐਫੀਡੈਵਿਟ ਲਏ ਹੈ ਫਿਰ ਚੀਕਾਂ ਨਾ ਮਾਰਿਓ ਜਿਹੜੀਆਂ ਚਾਲਾਂ ਤੁਸੀਂ ਚੱਲ ਰਹੇ ਆ ਨਾ ਅੱਜ ਹਨੀਪ੍ਰੀਤ ਨੂੰ ਤੁਸੀਂ ਗੁਰੂ ਮੰਨ ਕੇ ਜਿਹੜੀਆਂ ਚਾਲਾਂ ਚੱਲ ਰਹੇ ਆ 45 ਮੈਂਬਰ ਤੇ 15-25 ਤੇ ਭੰਗੀ ਦਾਸ ਤੇ ਖਾਸ ਕਰਕੇ ਯੂਥ ਵਰਾਂਗਨਾਵਾਂ ਇਹ ਸਾਰੀਆਂ ਦੀਆਂ ਸਾਰੀਆਂ ਚਾਲਾਂ ਯਾਦ ਰੱਖਣਾ ਉਲਟੀਆਂ ਪੈਣੀਆਂ ਬਹੁਤ ਜਲਦੀ ਉਲਟੀਆਂ ਪੈਣੀਆਂ ਹਨੀਪ੍ਰੀਤ ਦਾ ਕੁਝ ਨਹੀਂ ਜਾਣਾ ਬਹੁਤ ਵੱਡਾ ਨਾਮ ਜਿਹੜਾ ਮਾਫੀਆ ਗਰੋਹ ਨਸ਼ਾ ਮਾਫੀਆ ਗਰੋਹ ਤੇ ਵੱਡੇ ਵੱਡੇ ਰਾਜਨੀਤਿਕ ਜਿਹੜੇ ਹੈਗੇ ਆ ਲੀਡਰ ਉਹ ਤਾਂ ਉਹਨਾਂ ਦੀ ਝੋਲੀ ਚ ਜਾ ਕੇ ਬੈਠ ਜੂਗੀ ਉਹਨੇ ਤਾਂ ਅੰਦਰ ਬੈਠੀ ਨੇ ਦੇਸ਼ ਧਰੋਹ ਦੀ ਧਾਰਾ ਜੋ ਜਿਹਦੀ ਤੇ ਕੋਈ ਜ਼ਮਾਨਤ ਹੀ ਨਹੀਂ ਹੋ ਸਕਦੀ ਦੇਸ਼ ਧਰੋਹ ਦੀ ਧਾਰਾ ਸਭ ਤੋਂ ਖਤਰਨਾਕ ਧਾਰਾ ਉਹਨੇ ਤੁੜਵਾ ਲਈ ਅੰਦਰ ਬੈਠੀ ਨੇ ਤੇ ਅੱਜ ਬਾਕੀ ਸਾਧ ਸੰਗਤ ਤੇ ਅੱਜ ਵੀ ਕੇਸ ਚੱਲ ਰਿਹਾ ਕਈ ਬਾਈ ਮੈਨੂੰ ਮਿਲਿਆ ਕਹਿੰਦੇ ਪਹਿਲੇ ਸਾਡੇ ਤੇ ਪੰਚਕੂਲੇ ਵਾਲਾ ਕੇਸ ਚੱਲਦਾ ਤੇ ਕਹਿੰਦੇ ਸਾਡੇ ਹੁਣ 307 ਧਾਰਾ ਲਾ ਦਿੱਤੀ ਗਈ ਹੈ ਤੇ ਉਹ ਭੋਲੀ ਭਾਲੀ ਸੰਗਤ ਨੂੰ ਕਿਉਂ ਨੀ ਬਾਹਰ ਕੱਢਿਆ ਜਾ ਰਿਹਾ ਇੱਕ ਗੱਲ ਹੋਰ ਯਾਦ ਰੱਖਣਾ ਪਿਆਰੀ ਸਾਧ ਸੰਗਤ ਜੀ ਇਹ ਔਰਤ ਹਮੇਸ਼ਾ ਹੀ ਸਾਧ ਸੰਗਤ ਦੇ ਮੋਢਿਆਂ ਤੇ ਧਰ ਕੇ ਬੰਦੂਕ ਚਲਾਉਂਦੀ ਹੈ ਯਾਦ ਕਰ ਲਓ ਜਦੋਂ ਇਹਨੇ ਬ੍ਰਹਮਚਾਰੀ ਦਾ ਪ੍ਰਸ਼ਾਦ ਲਿਆ ਸੀ ਨਾਟਕ ਕੀਤਾ ਸੀ ਕਿ ਮੈਂ ਮਤਲਬ 7 ਬ੍ਰਹਮਚਾਰੀ ਬਣ ਰਹੀ ਹਾਂ ਗੁਰ ਬ੍ਰਹਮਚਾਰੀ ਬਣ ਰਹੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਮੈਂ ਜਗਜੀਤ ਨੂੰ ਪਰਚੀ ਫੜਾਈ ਵੀ ਪਿਤਾ ਜੀ ਮਤਲਬ ਕਿ ਸਾਧ ਸੰਗਤ ਇਹ ਚਾਹੁੰਦੀ ਹੈ ਕਿ ਹੁਣ ਇਹ ਤੇਰਾ ਵਸਤ ਰਹੇ ਉਸ ਤੋਂ ਬਾਅਦ ਸਾਧ ਸੰਗਤ ਇਹ ਚਾਹੁੰਦੀ ਹੈ ਵੀ ਹੁਣ ਇਹ ਉਹੀ ਡਰੈਸ ਪਹਿਨੂਗੀ ਕਮਾਲ ਦੀ ਗੱਲ ਹੈ ਸਾਧ ਸੰਗਤ ਨੂੰ ਕੁਝ ਨਹੀਂ ਪਤਾ ਸੀ ਉਦੋਂ 15-20 ਬੰਦੇ ਭੈਣਾਂ ਵਾਲੇ ਪਾਸੇ ਤੇ 15-20 ਭੈਣਾਂ ਭਾਈਆਂ ਵਾਲੇ ਪਾਸੇ 15-20 ਭਾਈਆਂ ਵਾਲੇ ਪਾਸੇ ਇਹਨਾਂ ਨੇ ਆਪਦੇ ਬਿਠਾਏ ਹੋਏ ਸੀ ਜਦੋਂ ਉਹਨਾਂ ਨੇ ਹੱਥ ਖੜੇ ਕਰ ਲਏ ਪਿੱਛੇ ਸੰਗਤ ਨੇ ਹੱਥ ਖੜੇ ਕਰ ਲਏ
किसे संगत तो एक भी संगत दे भैन भाई तो पुछया नहीं गया सी कि हनीप्रीत मतलब तेरा वास दे विच रवे जा ना रवे। पहला कोई संगत दी सहमति नहीं गई, संगत नू कुछ भी नहीं पता सी, 0% भी नहीं संगत नू कुछ पता सी कि अज ए होने वाला है। ते फिर भी संगत दे मोढ़िया ते धर के ने संगत दा नां लैके हां करवाली पिता जी तो ते अंदर रहन लग पी। सतगुर स्टेज ते बैठे है, खुदा रूपी सतगुर खुद खुदा स्टेज ते बैठे है, तेरा वास उहदा घर है, ते भगवान रूपी साध संगत दे हाथ खड़े करा के इन्हें तेरा वास दा नारा लगवाया सी, ते अज तेरा वास उस 2019 दी आई है 6 नवंबर दी, वह खाली क्यों पिया है? वह अज इहदा जवाब देवे हनीप्रीत कि साध संगत नूं मजाक समझ रख्या। पिता जी खुद मानते होंगे सी ये गल कि साध संगत भगवान का रूप है, उस भगवान की रूप भगवान रूपी साध संगत तो हाथ खड़ा करवा के कि तेरा वास च रहूगी। ते जगजीत भी जवाब देवे ते हनीप्रीत भी हुण 6 नवंबर 2019 दी आई भी है ते क्यों गुरु ग्राम एडे वड्डे बंगले च रह रही है वह, हुण तेरा वास च क्यों नहीं रहिंदी? क्योंकि उदों सिर्फ ते सिर्फ गुरु पिता जी ते चिक्कड़ सटवाउणा सी, गुरु पिता जी नूं जिहड़ा बाद च कलंक लग्गिया उह कलंक लगवाउणा सी। ਇਹ ਸਾਰਾ ਕੁਝ ਵੈਲ ਪਲੈਨਡ ਹੋ ਰਿਹਾ ਪਿਆਰੀ ਸਾਧ ਸੰਗਤ ਜੀ। ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ, ਆਹ ਜਗਜੀਤ ਵਰਗੇ ਤੇ ਆਰਾਮ ਸਿੰਘ ਵਰਗੇ ਤੇ ਜਿਹੜੇ ਅਗਰਚਰਨ ਵਰਗੀਆਂ ਸਾਰੀਆਂ ਜਿਹੜੀਆਂ ਇਹਦੀਆਂ ਗੁਲਾਮ ਬਣੀਆਂ ਹੋਈਆਂ ਤੇ ਸੰਗਤ ਨੂੰ ਗੁਲਾਮ ਬਣਨ ਵਾਸਤੇ ਜੋ ਮਜਬੂਰ ਕਰ ਰਹੀਆਂ, ਜਿਹੜਾ ਸਿਰਫ ਤੇ ਸਿਰਫ ਇਹ ਨਾਟਕ ਖੇਡਦੀ ਸੀ ਅੰਦਰ ਜਿੰਨਾ ਵੀ ਇਹ ਜਦੋਂ ਤੇਰਾ ਵਾਸ ਜਦੋਂ ਦੀ ਇਹ ਆਈ ਸੀ ਇਹਨੇ ਗੁਰੂ ਪਿਤਾ ਜੀ ਨੂੰ ਕਿਸੇ ਨੂੰ ਕੱਲੇ ਨੂੰ ਮਿਲਣ ਨਹੀਂ ਦਿੱਤਾ ਨੀ, ਪਹਿਲੇ ਗੁਰੂ ਪਿਤਾ ਜੀ ਕੱਲਿਆਂ ਨੂੰ ਵੀ ਮਿਲ ਲੈਂਦੇ ਸੀ। ਇੱਕ ਵੀ ਪਰਚੀ ਜਦੋਂ ਇਹ ਔਰਤ ਨਾਲ ਆ ਗਈ, ਇੱਕ ਵੀ ਪਰਚੀ ਗੁਰੂ ਪਿਤਾ ਜੀ ਕੋਲ ਕਦੇ ਕੋਈ ਪਹੁੰਚਣ ਨਹੀਂ ਦਿੱਤੀ ਸਾਧ ਸੰਗਤ ਦੀ। ਕੋਈ ਵੀ ਪਰਚੀ ਅਗਰ ਫੜਾਉਣਾ ਚਾਹੁੰਦਾ ਸੀ ਗੁਰੂ ਪਿਤਾ ਜੀ ਨੂੰ ਤਾਂ ਪਹਿਲਾਂ ਹਨੀਪ੍ਰੀਤ ਪੜ੍ਹਦੀ ਸੀ ਉਹਨੂੰ। ਪਿਆਰੀ ਸਾਧ ਸੰਗਤ ਜੀ, ਮੇਰੀ ਸਾਰੀ ਸਾਧ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਅਜੇ ਵੀ ਜਾਗ ਜਾਓ, ਸਮਾਂ ਹੈ, ਮੁੜ ਕੇ ਸਮਾਂ ਤੁਹਾਡੇ ਹੱਥ ਨਹੀਂ ਰਹਿਣਾ, ਪਛਤਾਓਗੇ, ਬਹੁਤ ਪਛਤਾਓਗੇ। ਗੁਰੂਸਰ ਮੋੜੀਆ ਪਿੰਡ ਦੇ ਸਾਧ ਸੰਗਤ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਘੱਟੋ ਘੱਟ ਤੁਸੀਂ ਇਸ ਧਰਮ ਯੁੱਧ ਦੇ ਵਿੱਚ ਸਾਡੀ ਟੀਮ ਦਾ ਸਾਥ ਦਿਓ। ਹੁਣ ਆਉਣ ਵਾਲੇ ਇਤਿਹਾਸ ਦੇ ਵਿੱਚ ਜੇ ਅੱਜ ਤੁਸੀਂ ਧਰਮ ਯੁੱਧ ਦੇ ਵਿੱਚ ਟੀਮ ਦਾ ਸਾਥ ਸਾਡੀ ਟੀਮ ਦਾ ਸਾਥ ਨਹੀਂ ਦਿੱਤਾ, ਸੱਚ ਦੇ ਸਾਥ ਨਾ ਖੜੇ, ਤਾਂ ਆਉਣ ਵਾਲਾ ਇਤਿਹਾਸ ਗੁਰੂਸਰ ਪਿੰਡ ਦੇ ਜਿੰਨੀ ਸਾਧ ਸੰਗਤ ਹੈ ਉਹਨਾਂ ਨੂੰ ਵੀ ਕਦੇ ਮਾਫ਼ ਨਹੀਂ ਕਰੂਗਾ। ਜਿਸ ਪਿੰਡ ਤੇ ਪਿਤਾ ਜੀ ਇੰਨਾ ਮਾਣ ਕਰਦੇ ਸੀ, ਸਾਰਾ ਬਚਪਨ ਜਿਸ ਪਿੰਡ ਦੇ ਵਿੱਚ ਪਿਤਾ ਜੀ ਨੇ ਬਿਤਾਇਆ ਆਪਣਾ, ਉਸ ਪਿੰਡ ਦੇ ਲੋਕਾਂ ਨੂੰ ਨੀ ਪਤਾ ਪਿਤਾ ਜੀ ਅਸਲ ਦੇ ਵਿੱਚ ਕੀ ਹੈ। ਉਦੋਂ ਤਾਂ ਬੜਾ ਸਾਰਾ ਪਿੰਡ ਦੇ ਕਹਾਣੀਆਂ ਦੱਸ ਦਿੰਦੇ ਸੀ ਕਿ ਤਰਵੈਣੀ ਦਾਸ ਨੇ ਇਹ ਦੱਸਿਆ ਤੇ ਤਰਵੈਣੀ ਦਾਸ ਨੇ ਇਹ ਦੱਸਿਆ, ਤੇ ਹੁਣ ਪਿੰਡ ਦੇ ਲੋਕ ਚੁੱਪ ਕਿਉਂ ਵੱਟੀ ਬੈਠੇ ਹੈ? ਕਿਉਂ ਨੀ ਅੱਗੇ ਆਉਂਦੇ? ਕਿਉਂ ਨੀ ਉਹ ਦੁਨੀਆਂ ਨੂੰ ਸੱਚਾਈ ਦੱਸਦੇ? ਕਿਉਂ ਨੀ ਟੀਵੀ ਤੇ ਲਾਈਵ ਹੋ ਕੇ ਜਾਂ ਕਿਸੇ ਹੋਰ ਚੀਜ਼ ਤੇ ਮਤਲਬ ਕਿ ਕਿਉਂ ਨੀ ਦੁਨੀਆਂ ਨੂੰ ਦੱਸਦੇ ਕਿ ਅਸੀਂ ਇਹਨਾਂ ਦਾ ਬਚਪਨ ਦੇਖਿਆ, 23 ਸਾਲੇ ਸਾਡੇ ਪਿੰਡ ਚ ਰਹੇ ਹੈ, ਇਹ ਨਿਰਦੋਸ਼ ਹੈ, ਜੋ ਦੋਸ਼ ਲੱਗਿਆ ਉਹ ਇਹਨਾਂ ਤੇ ਝੂਠੇ ਲੱਗੇ ਹੈ? ਕਿਉਂ ਅੱਜ ਪਿੰਡ ਦੇ ਜਿਹੜੇ ਲੋਕ ਆ ਉਹ ਚੁੱਪ ਕਰ ਗਏ ਤੇ ਜਿਹੜੇ ਉੱਥੇ ਵੱਡੇ ਵੱਡੇ ਜ਼ਿੰਮੇਵਾਰ ਬੈਠੇ ਆ, 45 ਮੈਂਬਰ ਆਪਣੇ ਆਪ ਨੂੰ ਫੰਨੇ ਖਾ ਕਹਾਉਂਦੇ ਆ ਗੁਰਸਰ ਮੋੜੀਆ ਦੇ, ਉਹ ਚੁੱਪ ਕਿਉਂ ਬੈਠੇ ਆ? ਹੁਣ ਧਰਮ ਦੀ ਲੜਾਈ ਦੇ ਵਿੱਚ ਕਦੇ ਕਿਸੇ ਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਂਦਾ ਵੀ ਆ ਜਾਓ ਤੇ ਲੜ ਲਓ। ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਹੁੰਦੀਆਂ ਉਹ ਖੁਦ ਆਉਂਦੇ ਆ, ਖੁਦ ਧਰਮ ਯੁੱਧ ਦੇ ਵਿੱਚ ਖੜੇ ਹੁੰਦੇ ਆ ਸੱਚਾਈ ਦੇ ਨਾਲ। ਪਿਆਰੀ ਸਾਧ ਸੰਗਤ ਜੀ, ਇਹ ਕਹਾਵਤ ਹੀ ਹੈ ਵੀ ਦੁਨੀਆ ਬੁਰੀ ਇਸ ਲਈ ਨਹੀਂ ਹੈ ਕਿਉਂਕਿ ਜਿਹੜੇ ਹੈਗੇ ਆ ਬੁਰੇ ਲੋਕਾਂ ਦੇ ਹੱਥ 'ਚ ਤਾਕਤ ਹੈ। ਦੁਨੀਆ ਬੁਰੀ ਕਹਿੰਦੇ ਇਸ ਕਰਕੇ ਹੈ ਕਿ ਦੁਨੀਆ ਦੇ ਜਿਹੜੇ ਅੱਛੇ ਲੋਕ ਆ ਉਹ ਇਕੱਠੇ ਮਿਲ ਕੇ ਆਪਣੀ ਤਾਕਤ ਦਾ ਇਸਤੇਮਾਲ ਨਹੀਂ ਕਰਦੇ। ਬਲੀ ਹਮੇਸ਼ਾ ਭੇਡਾਂ ਬੱਕਰੀਆਂ ਦੀ ਦਿੱਤੀ ਜਾਂਦੀ ਹੈ, ਭੇਡਾਂ ਬੱਕਰੀਆਂ ਹੀ ਮੁੰਨੀਆਂ ਜਾਂਦੀਆਂ, ਬੱਬਰ ਸ਼ੇਰ ਨਹੀਂ ਮੁੰਨੇ ਜਾਂਦੇ ਤੇ ਨਾ ਹੀ ਬੱਬਰ ਸ਼ੇਰਾਂ ਦੀ ਕਦੇ ਬਲੀ ਦਿੱਤੀ ਜਾਂਦੀ ਹੈ। ਤੇ ਅਗਰ ਸਾਧ ਸੰਗਤ ਅੱਜ ਵੀ ਭੇਡਾਂ ਬੱਕਰੀਆਂ ਬਣ ਕੇ ਰਹੂਗੀ ਤਾਂ ਬਹੁਤ ਜਲਦੀ ਸਾਰੀਆਂ ਭੇਡਾਂ ਬੱਕਰੀਆਂ ਦੀ ਫਿਰ ਬਲੀ ਦਿੱਤੀ ਜਾਊਗੀ ਤੇ ਜਿਹੜੇ ਬੱਬਰ ਸ਼ੇਰ ਬਣ ਕੇ ਰਹਿਣਗੇ ਬਚਣਗੇ ਸਿਰਫ ਉਹੀ। ਹੁਣ ਮਰਜ਼ੀ ਤੁਹਾਡੀ ਹੈ, ਸਾਧ ਸੰਗਤ ਦੀ ਮਰਜ਼ੀ ਹੈ ਭੇਡਾਂ ਬੱਕਰੀਆਂ ਬਣ ਕੇ ਰਹਿਣਾ, ਗੁਲਾਮ ਬਣ ਕੇ ਰਹਿਣਾ ਹਨੀਪ੍ਰੀਤ ਦੇ, ਤੇ ਜਾਂ ਫਿਰ ਬੱਬਰ ਸ਼ੇਰ ਦੇ ਬੱਚੇ ਬਣ ਕੇ ਬੱਬਰ ਸ਼ੇਰ ਬਣ ਕੇ ਗਰਜਣਾ। ਪਿਆਰੀ ਸਾਧ ਸੰਗਤ ਜੀ, ਸਤਿਗੁਰ ਦੇ ਬੱਬਰ ਸ਼ੇਰ ਬੱਚੇ ਬਣ ਕੇ ਇਹੋ ਜੀ ਦਿਹਾੜ ਮਾਰੋ
कठे हो के एहो जी दहाड़ मारो कि सारे गिदड़ डेरा छड़ के भज जान ते गुरु पिता जी की गद्दी वाल किसे नू अख भर के भी ना देखन दियो। अगर अणख है ता गुरु दे प्यारां च अगर अणख है ना ते किसे दी हिम्मत नहीं होनी चाहिए कि गुरु पिता जी गद्दी वाल कोई अख भी भर के देख जी। अपने गुरु पिता जी ते लगे सारे जिहड़े झूठे दोषां दे कलंक उन्हां नू हटाओ, अगे आओ, हुण सतगुर दे साथ खड़ो। सारी दुनिया एक पासे, मेरा सतगुर प्यारा एक पासे, ये तुहाडे दिलो दिमाग दे विच होवे। सतगुर दी आन बाण ते शान दे लई जियो ते सतगुर दी आन बाण ते शान दे लई मरो। धन धन सतगुरु, तेरा ही आसरा।